ਹੁਸ਼ਿਆਰਪੁਰ ਦੇ ਕਸਬਾ ਮਹਿਲਪੁਰ ਵਿੱਚ ਇੱਕ ਨੌਜਵਾਨ ਤੇ ਕੁਝ ਅਗਿਆਤ ਵਿਅਕਤੀਆਂ ਦੁਆਰਾ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ PGI ਹਸਪਤਾਲ ਵਿੱਚ ਰੈਫਰ ਕੀਤਾ ਗਿਆ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿੰਨੀ ਕਿੰਜਰੀ ਸੀ ਕਾਲੀ ਉਹਦੇ ਗਨ ਸ਼ਾਟ ਵੂਡ ਸੀਗੇ ਇੱਕ ਲੈਫਟ ਰਾਈਟ ਲੈਗ ਤੇ ਲੈਫਟ ਲੈਗ ਤੇ ਸੀਗੇ ਦੋਨੋਂ ਪਾਸੇ ਦੋ ਗੋਲੀ ਉੱਥੇ ਸੀਗੀਆਂ ਇੱਕ ਪੇਟ ਸੀ ਅਤੇ ਕੋਈ ਬੁਲਟ ਇੰਜਰੀ ਸੀ ਹੁਸ਼ਿਆਰਪੁਰ ਜਦੋਂ ਮੈਂ ਉੱਥੇ ਮਾਪੇ ਪੁੱਜਿਆ ਅਤੇ ਬਲਜੀਤ ਸਿੰਘ ਵੀ ਸਰਹਾਣੀ ਸਨ ਉਹ ਬਲਜੀਤ ਸਿੰਘ ਅਤੇ ਗੋਲੀਆਂ ਲੱਗੀਆਂ ਸੀ ਕਰੀਬ 3 ਕੁ ਅਤੇ ਡਾਕਟਰ ਸਾਹਿਬ ਉਹਦਾ ਇਲਾਜ ਕਰ ਲਿਆ ਸੀ ਔਰ ਹੁਣ ਸਟੇਟਮੈਂਟ ਲਿਖਾਂਗੇ ਜੋ ਬਿਆਨ ਦਊਗਾ ਉਹਦੇ ਮੁਤਾਬਕ ਅਜੇ ਬਿਆਨ ਨਹੀਂ ਅਜੇ ਦਿੱਤਾ ਉਹਨਾਂ ਜੋ ਵੀ ਉਹ ਬਿਆਨ ਦਊਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਹਾਂ ਦੇਖਦੇ ਹੁਣ ਤਫਤੀਸ਼ ਹੀ ਸਾਹਮਣੇ ਆਉਣਾ ਜੋ ਵੀ ਪਤਾ ਹੁਣ ਮੌਕੇ 'ਤੇ ਜਾ ਕੇ ਦੁਬਾਰਾ ਦੇਖਦੇ ਹਾਂ ਕੀ ਗੱਲ ਹੋਈ ਆ ਮੌਕੇ 'ਤੇ ਹੋਰ ਗਵਾਹਾਂ ਤੋਂ ਪਤਾ ਲਾਉਂਦੇ ਹਾਂ ਕੀ ਗੱਲਬਾਤ ਹੋਈ